ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਯਾ ਕਨਾਬ ਦੁਬਈ ਹੈ ਕਨਸਤਾ ਇਨ ਅੱਜ ਵਲੌਗ ਕਰਨੇ ਆ ਸ਼ੁਰੂ ਬਾਹਰੋਂ ਸਟੇਟ ਹੈ ਜੀ ਮੇਰਾ ਨਾਲ ਬਾਹਰ ਮੌਸਮ ਵੀ ਤੁਸੀਂ ਕੀ ਦੱਸੀ ਜੋੜਾ ਮੌਸਮ ਵੀ ਬੜਾ ਸੋਹਣਾ ਜਿਹਾ ਬਣਿਆ ਵਾ ਧੁੱਪ ਵੀ ਚੱਲੀ ਵੀ ਨਾਲ ਠੰਡ ਵੀ ਹੈ ਥੋੜ੍ਹੀ ਥੋੜ੍ਹੀ ਹੈ ਮਿੱਠੀ ਮਿੱਠੀ ਠੰਡ ਹੋਣੀ ਹੈ ਜਿਹੜੀ ਉਹ ਹੈ ਅਤੇ ਬਾਕੀ ਨਾਲ ਠੀਕ ਹੈ ਓਵਰਆਲ ਕੋਈ ਬਾਰਿਸ਼ ਸ਼ਾਰਿਸ਼ ਕੋਈ ਨਹੀਂ ਹੈ ਹਵਾ ਕੋਈ ਨਹੀਂ ਐਡੀ ਮੱਠੀ ਮੱਠੀ ਆਈ ਹੈ ਇਹ ਬਿਲਕੁਲ ਮਾਮੂਲੀ ਮਾਮੂਲੀ ਜੀ ਵਾਹ ਵੀ ਝੁਲਣੀ ਪਈ ਤੱਕਣੇ ਆ ਬਾਹਰ ਤੁਸੀਂ ਦੱਸਣੇ ਆ ਸਕਾਏ ਕਿਤਨੇ ਕਲੀਨ ਕਲੀਅਰ ਵਾਈਟ ਚਾੜ ਚਿੱਟੇ ਚਿੱਟੇ ਚਾੜੇ ਹੋਏ ਵੇ ਅੱਜ ਤੱਕੋ ਜੀ ਸਹੀ ਕਲੀਅਰ ਆ ਅਤੇ ਗਏ ਹਰ ਬੰਦਾ ਗਿਆ ਉਸੀ ਆ ਜੀ ਪਾਰਕਾਂ 'ਚ ਫਿਰਨੇ ਤੁਰਨੇ ਵਾਸਤੇ ਦੱਸੋ ਜੇ ਘਰ ਕੋਈ ਰੈਸਪੀ ਜੀ ਬਣਾਉਣੀ ਆ ਤੱਕੜੇ ਆ ਕਿਆ ਕੀ ਬਣਾਈ ਹੈ ਇੰਦਰ ਕਿਆ ਇੱਧਰ ਇਹਨਾਂ ਨੂੰ ਕਿੱਥੇ ਤੱਕ ਪਹੁੰਚਿਆ ਤਕਰੀਬਨ ਹੋਈ ਗਿਆ ਜੀ ਤੱਕੋ ਜੀ ਜਿਹੜਾ ਇੱਥੇ ਪਿਛਲੀ ਵੀਡੀਓ 'ਚ ਮੈਂ ਤੁਸੀਂ ਦੱਸਿਆ ਸੀ ਸਕਾਫੋਲਡਿੰਗ ਲਾਈ ਨੇ ਬਾਹਰ ਰੱਖੇ ਨੇ ਇੰਸੂਲੇਸ਼ਨ ਆਊਟਸਾਈਡ ਇੰਸੂਲੇਸ਼ਨ ਉਹ ਕੀਤੀ ਵੀ ਨੇ ਮੁਕਾਈ ਗਏ ਮੁੜੇ ਸਿਰਫ ਥੋੜ੍ਹਾ ਜਿਹਾ ਕੋਈ ਮੌਸਮ ਖਰਾਬ ਹੋਣ ਦੀ ਵਜ੍ਹਾ ਨਾਲ ਲੇਟ ਹੋਈ ਗਏ ਹਰ ਬੰਦਾ ਇੰਸੂਲੇਸ਼ਨ ਕਰਾਉਣ ਲੱਗਿਆ ਬਾਹਰੋਂ ਮਕਾਨਾਂ ਨੂੰ ਮੌਸਮ ਦਾ ਤੁਸੀਂ ਤੱਕ ਹੀ ਕਹਿੰਦਾ ਉਸ ਮੌਸਮ ਕੀ ਹੈ ਜਾਂ ਬਾਹਰ ਧੁੱਪ ਵੀ ਚੜੀ ਛਣੀ ਕਦੇ ਚੰਨੀ ਕਦੇ ਜਾਣੀ ਫਿਰ ਅਛਣੀ ਫਿਰ ਜਾਣੀ ਕੁਝ ਸਮਝ ਨਹੀਂ ਲੱਗਣੀ ਹੈ ਇੱਥੇ ਮੌਸਮ ਹੈ ਨਹੀਂ ਚਲੋ ਹੁਣ ਜੁਲੇ ਹਾਂ ਅਸਾਂ ਅੰਦਰ ਬਣਾਉਣੇ ਹਾਂ ਕਾਲੀ ਮਿਰਚ ਟਿੱਕਾ ਕਾਲੀ ਮਿਰਚ ਚਿਕਨ ਟਿੱਕਾ ਚਿਕਨ ਟਿੱਕਾ ਇਸ ਵਾਸਤੇ ਮੈਂ ਆਖਣਾ ਕਿਉਂਕਿ ਪੀਸਿਸ ਨਿੱਕੇ ਨੇ ਜਿਸ ਤਰ੍ਹਾਂ ਟਿੱਕੇ ਨੇ ਹੋਣੇ ਟਿੱਕਾ ਬੋਟੀ ਨੇ ਪੀਸਿਸ ਇਤਨੇ ਨਿੱਕੀ ਮੈਂ ਹੋਲੀ ਚਿਕਨ ਆਉਂਦੀ ਹੈ ਉਹ ਵੀ ਪੀਸ ਲੈਗਣਾ ਟਿੱਕਾ ਆਉਂਦਾ ਆ ਲੈਗਣਾ ਟਿੱਕਾ ਨਿੱਕੇ ਨਿੱਕੇ ਪੀਸ ਕਰਾਏ ਜਾਂਦੇ ਇਸ ਵਾਸਤੇ ਕਾਲੀ ਮਿਰਚ ਚਿਕਨ ਟਿੱਕਾ ਅੱਜ ਬਣਾਉਣੇ ਉਹ ਰੈਸਪੀ ਕਿਸ ਤਰ੍ਹਾਂ ਬਣਨੀ ਹੈ ਉਹ ਤੁਸਾਂ ਨਾਲ ਸ਼ੇਅਰ ਕਰਨੇ ਆ ਜੁਲੇ ਅੰਦਰ ਤੱਕਣੇ ਆ ਸਾਡਾ ਟਿੱਕਾ ਕਿਆ ਆਖਣਾ ਆ ਇਹ ਹੈ ਤਾਂ ਕੀ ਸੁਣੋ ਜੀ ਟਿੱਕਾ ਮੈਂ ਧੋਈ ਤਾਂ ਰੱਖੀ ਕਹਿੰਦਾ ਆ ਇਹ ਤਕਰੀਬਨ ਕਿਲੋ ਕੁ ਆਇਆ ਆ ਨਾਲ ਦਿਲ ਵੀ ਹੈ ਦਿਲ ਵੀ ਥੋੜ੍ਹਾ ਪੇ ਆ ਸੀ ਪਿਛਲੀ ਵੀਡੀਓ ਤੁਸੀਂ ਮੈਂ ਤੱਕਿਆ ਸੀ ਬਣਾਈ ਸੀ ਵੀਡੀਓ ਦਿਲ ਲੈਣੀ ਅਤੇ ਥੋੜ੍ਹਾ ਜਿਹਾ ਉਹ ਵੀ ਪੇ ਆ ਸੀ ਕੋਈ ਮੈਂ ਚਲੋ ਉਹ ਵੀ ਮਿਕਸ ਕਰੀ ਕਿੰਨੇ ਆ ਤਾਂ ਪੀਸਿਸ ਨਿੱਕੇ ਨਿੱਕੇ ਸਮੇਂ ਤੁਸੀਂ ਆਏ ਸੀ ਤਾਂ ਕੋਈ ਬਿਲਕੁਲ ਟਿੱਕੇ ਨੇ ਸਟਾਈਲ ਨੇ ਪੀਸ ਕਰਾਏ ਜਾਂਦੇ ਅਤੇ ਇਸ ਵਾਸਤੇ ਇਸੀ ਮੈਂ ਆਖਿਆ ਬਈ ਕਾਲੀ ਮਿਰਚ ਚਿਕਨ ਟਿੱਕਾ ਟਿੱਕਾ ਵੀ ਤੁਸੀਂ ਹਾਲੀ ਚਿਕਨ ਕਾਲੀ ਮਿਰਚ ਵੀ ਆਖ ਸਕਣੇ ਜੇ ਉਹ ਬਣਿਆ ਹੋਇਆ ਨਾ ਪੂਰਾ ਚਿਕਨ ਚਲੋ ਫਿਰ ਤੁਸੀਂ ਆਖ ਸਕਣੇ ਹੋ ਬਈ ਕਾਲੀ ਮਿਰਚ ਚਿਕਨ ਅਤੇ ਇਸ ਲਈ ਸਭ ਤੋਂ ਪਹਿਲਾਂ ਜੀ ਅਸੀਂ ਬਾਣੇ ਹਾਂ ਯੋਗਟ ਹੈ ਤਾਂ ਵੀ ਇੱਕ ਦੋ ਤਰੇ ਚਮਚਾ ਮੋਰ ਦੈਨ ਇਨਫ ਯੋਗ ਦੈਨੀ ਰੋਠੇ ਇਤਨੇ ਤਕਰੀਬਨ ਕਿਲੋ ਚਿਕਨ ਵਿੱਚ ਬਾਣੀ ਜੀ ਬਲੈਕ ਪੈਪਰ ਕਾਲੀ ਮਿਰਚ ਇੱਕ ਚਮਚ ਤਕਰੀਬਨ ਇਹ ਪਾਈ ਹੁੰਦੇ ਹਾਂ ਸਰ ਟੇਬਲ ਸਪੂਨ ਥੋੜ੍ਹੀ ਜਿਹੀ ਜ਼ਿਆਦਾ ਹੀ ਹੋਏਗੀ ਚਲੋ ਚੱਲੀ ਅਸੀਂ ਕਾਲੀ ਮਿਰਚ ਚਿਕਨ ਤਾਂ ਹੀ ਬਣ ਸੀ ਨਾ ਤਾਂ ਨਾਲ ਹੀ ਅਸਾਂ ਬਾਣੀ ਜੀ ਨਮਕ ਇੱਕ
ਕਿਉਂਕਿ ਇਹ ਨਮਕ ਅਸਾਂ ਬਾਅਦ ਵਿੱਚ ਐਡ ਨਹੀਂ ਕਰਨਾ ਹੋਰ। ਅਸੀਂ ਕਰਨੀ ਜੀ ਚੰਗੀ ਤਰ੍ਹਾਂ ਮਿਕਸ। ਇਹ ਤਾਂ ਕੁਝ ਹੋਈ ਗਿਆ, ਸਹੀ ਤਰ੍ਹਾਂ ਮਿਕਸ ਹੋਈ ਗਿਆ। ਇਸ ਕੀ ਤਕਰੀਬਨ 20 ਮਿੰਟ ਅਸਾਂ ਰੱਖਣੇ ਆ ਫਰਿੱਜ 'ਚ, ਤਾਂ ਕਿ ਸਹੀ ਤਰ੍ਹਾਂ ਵਿੱਚ ਟੈਂਡਰ ਹੋਈ ਹੈ, ਮਿਕਸ ਹੋਈ ਹੈ ਚਿਕਨ 'ਚ। ਯੋਗਰਟ, ਬਲੈਕ ਪੈਪਰ ਅਤੇ ਸੋਲਟ, ਇਹ ਤਰ੍ਹਾਂ ਹੀ ਚੀਜ਼ਾਂ ਬਾਈ ਚੰਗੀ ਤਰ੍ਹਾਂ ਮਿਕਸ ਕਰੀ ਤੁਸੀਂ ਤਕਰੀਬਨ 15 ਤੋਂ 20 ਮਿੰਟ ਫਰਿੱਜ 'ਚ ਰੱਖੀ ਹੋ। ਇਸੇ ਫਰਿੱਜ ਰੱਖਣੇ ਆ, ਫਿਰ ਤੁਸੀਂ ਅਗਲਾ ਪ੍ਰੋਸੈਸ ਦੱਸਣੇ ਆ ਜਿਸ ਵੇਲੇ ਤੱਕ ਸਾਡੇ 15-20 ਮਿੰਟ ਪੂਰੇ ਹੋਣੇ, ਜਿਸ ਵੇਲੇ ਤੱਕ ਅਸਾਂ ਬਾਕੀ ਨਹੀਂ ਆ ਕੋਈ ਪਿਆਜ਼ ਸ਼ਿਆਜ਼ ਰੈਡੀ ਕਰ ਲੈਂਦੀ ਹਾਂ। ਐਂ ਰੱਖੋ ਜੀ, ਐਂ ਸਾਰਾ ਖਿੰਦਾ ਜਾਂ ਹੰਡੀ ਆਪਣੀ ਨਾਲ ਤੇਲ ਹੈ, ਤਾਂ ਅੱਧਾ ਜਿਹਾ ਗਲਾਸ ਤੇਲ ਲੈਣਾ ਪਾਣੀ, ਅੱਧੀਆਂ ਵੀ ਥੋੜ੍ਹਾ ਘੱਟ ਹੀ ਆ। ਇਹ ਮੈਂ ਯੂਜ ਕੀਤਾ ਜੀ ਓਲਿਵ ਓਇਲ, ਨੋਰਮਲੀ ਸਨਫਲਾਵਰ ਓਇਲ ਯੂਜ ਕਰੀ ਨਾ, ਪਰ ਅੱਜ ਉਹ ਓਲਿਵ ਓਇਲ ਯੂਜ ਕੀਤਾ ਨੇ, ਗੈਸ ਔਨ ਨਹੀਂ ਕੋਈ ਕੀਤਾ। ਗੈਸ ਔਨ ਹੋ ਗਿਆ, ਫੜਾਕਾ ਮਾਰਿਆ ਚੰਗਾ, ਕਿਉਂਕਿ ਮੈਂ ਥੋੜ੍ਹੀ ਦੇਰ ਖੋਲ੍ਹੀ ਰੱਖਿਆ ਇਸ ਕੀ ਇਸ ਵਾਸਤੇ। ਤੇਲ ਥੋੜ੍ਹਾ ਗਰਮ ਹੋਇਆ, ਫਿਰ ਇਸਨੇ ਬਾਣੀ ਜੀ ਪਿਆਜ਼, ਪਿਆਜ਼ ਇਹ ਥੋੜ੍ਹਾ ਜਿਹਾ ਕਰਨੇ ਆ, ਸੋਫਟ ਬਰਾਊਨ ਨਹੀਂ ਕਰਨਾ, ਲਾਈਟਲੀ ਸੋਫਟ ਜਿਹਾ ਕਰਨਾ ਆ, ਥੋੜ੍ਹਾ ਸੋਫਟ ਹੋ ਗਿਆ ਜੀ। ਤੇਲ ਸਾਲਾ ਹੋ ਗਿਆ ਜੀ ਠੀਕ ਠਾਕ ਗਰਮ, ਇਸਨੇ ਬਾਣੀ ਜੀ ਪਿਆਜ਼, ਪਿਆਜ਼ ਸੱਟ ਰਹੇ ਹਾਂ। ਮੈਂ ਤਾਂ ਕੋਈ ਸਾਰੀਆਂ ਚੀਜ਼ਾਂ ਬਣਾਈ ਤਾਂ ਰੱਖੀਆਂ, ਪਿਆਜ਼ ਵੀ ਹੈ ਗਿਆ, ਗਾਰਲਿਕ, ਜਿੰਜਰ ਅਤੇ ਮਿਰਚਾਂ। ਪਹਿਲੇ ਪਿਆਜ਼ ਬਾਣੀ ਆ ਨਾ, ਪਿਆਜ਼ ਇਹ ਥੋੜ੍ਹਾ ਜਿਹਾ ਸੋਫਟ ਕਰੀ, ਪਿਆਜ਼ ਤੁਸੀਂ ਰੈੱਡ ਯੂਜ਼ ਕਰੋ ਵਾਈਟ ਯੂਜ਼ ਕਰੋ, ਸਾਨੂੰ ਕੋਈ ਫਰਕ ਨਹੀਂ ਪੈਣਾ। ਕਈ ਬੰਦਿਆਂ ਲਈ ਜੇ ਰੈੱਡ ਪਿਆਜ਼ ਹੋਣਾ ਖਾਲੀ ਸਿਰਫ ਸਾਲਡ ਵਾਸਤੇ, ਲੇਕਿਨ ਮੈਂ ਥੋੜ੍ਹਾ ਜਿਹਾ ਪੇ ਅਸੀਂ ਅੱਧਾ ਜਿਹਾ ਉਹ ਵੀ ਮੇਰੇ ਨਾਲ ਬਾਈ ਹੁੰਦੇ ਆ, ਇਹੋ ਜਿਹਾ ਖਰਾਬ ਅਤੇ ਬਿਹਤਰ ਹੈ ਕਿ ਬਾਈ ਹੋਊਗਾ। ਕੈਮਰਾ ਮੈਨ ਹੋਇਆ ਤਾਂ ਬੜਾ ਬਿਹਤਰੀਨ ਹੋਈ ਜਾਣਾ, ਪਰ ਕੈਮਰਾ ਮੈਨ ਮੈਂ ਰੱਖਿਆ ਕੋਈ ਨਾ, ਮਾੜੇ ਕੋਲ ਆਏ ਆ, ਜਿਹੜਾ ਕੋਈ ਆਏ ਆ ਕੋਈ ਥੋੜ੍ਹਾ ਬਹੁਤਾ ਉਹ ਵੀ ਕੋਈ ਸਹੀ ਨਹੀਂ ਹੈ। ਪਿਆਜ਼ੇ ਲਵਾਉਣੇ ਜੀ ਥੋੜ੍ਹਾ ਜਿਹਾ ਸੇਕ, ਸੇਕ ਲਵਾਈਦਾ ਤਾਂ ਫਿਰ ਅਗਲਾ ਕੰਮ ਕਰਾਂਗੇ। ਇਹ ਤਾਂ ਕੋਈ ਪਿਆਜ਼ੇ ਥੋੜ੍ਹਾ ਸੇਕ ਤਾਂ ਲੱਗੀ ਗਿਆ ਸਰ, ਨਾਲ ਹੀ ਹੁਣ ਬਾਣੀ ਇਸਨੇ ਪਹਿਲੇ ਨਾਲ ਹੀ ਪਿਆਜ਼ੇ ਨੇ ਬਾਣੇ ਚੇਂਜ ਨੇ ਸਰ, ਲੇਕਿਨ ਮੈਨੂੰ ਯਾਦ ਨਹੀਂ ਰਹੀ। ਗ੍ਰੀਨ ਕਾਰਡਮਨ, ਇਲਾਚੀ, ਗ੍ਰੀਨ ਇਲਾਚੀ, ਸਿਨਮਨ ਸਟਿਕ ਨਾਲ 2 ਲੌਂਗ, ਅਤੇ ਨਾਲ ਦੇਸਣਾ ਸੀ, ਨਾਲ ਥੋੜ੍ਹੀ
ਕਾਲੀ ਮਿਰਚ, ਇਹ ਵੀ ਪਿਆਜ਼ਾਂ 'ਚ ਹੀ ਸੁੱਟ ਜਾਂਦੇ ਆ। ਜੀ ਦੇਖੋ ਜੀ, ਪਿਆਜ਼ ਸਾਡਾ ਥੋੜ੍ਹਾ ਤਾਂ ਸੌਫਟ ਹੋਣਾ ਹੀ ਸ਼ੁਰੂ ਹੋ ਹੀ ਗਿਆ। ਜਦੋਂ ਇਸ ਵੇਲੇ ਨਾਲ ਹੀ ਅਸਾਂ ਵਾਹੀ ਛੁੜਨੇ ਹਾਂ, ਤਰੈ ਤਕਰੀਬਨ ਗ੍ਰੀਨ ਚਿੱਲੀ, ਜਿੰਜਰ ਅਤੇ ਗਾਰਲਿਕ। ਇਹਨਾਂ ਕਿ ਨਾਲ ਹੀ ਅਸੀਂ ਥੋੜ੍ਹਾ ਫਰਾਈ ਕਰ ਦਿੰਦੇ ਹਾਂ। ਫਲੇਮ ਮੈਂ ਬਿਲਕੁਲ ਲੋਅ ਰੱਖੀ ਹੋਈ ਹੈ ਜੀ, ਮੀਡੀਅਮ ਜੀ ਫਲੇਮ ਮੈਂ ਰੱਖੀ ਹੋਈ, ਕਿਉਂਕਿ ਹਾਈ ਫਲੇਮ ਰੱਖੀ ਤਾਂ ਪਿਆਜ਼ ਸਾਰਾ ਸੜੀ ਗਿਆ ਸੀ, ਜ਼ਿਆਦਾ ਬਰਾਊਨ ਹੋਈ ਗਿਆ ਸੀ, ਸੜਨ ਨਹੀਂ ਲੱਗਾ ਪਰ ਬਰਾਊਨ ਹੋਈ ਗਿਆ ਸੀ। ਪਰ ਬਰਾਊਨ ਲਈ ਅਸੀਂ ਕਰਨਾ ਹੀ ਸਕਦੇ ਚਿੱਟਾ ਚਿੱਟਾ ਰੱਖਣਾ ਜੀ। ਤਾਂ ਨਾਲ ਹੀ ਤਾਂ ਕੋਈ ਅਸਾਂ ਰੱਖੇ ਨੇ ਕਾਜੂ, ਕੈਸ਼ਿਊ ਨਟਸ, ਇਹ ਵੀ ਥੋੜ੍ਹ ਬਣ ਗਏ। ਇਹਨਾਂ 'ਚ ਵੀ ਕੈਸ਼ਿਊ ਨਟਸ ਵੀ ਥੋੜ੍ਹੇ ਫਰਾਈ ਕਰ ਦਿੱਤੇ ਜੀ। ਤਾਂ ਕੋਈ ਇੱਧਰ ਪਿਆਜ਼ ਵੀ ਸੌਫਟ ਹੋ ਗਿਆ ਅਤੇ ਕਾਜੂ ਵੀ ਸੌਫਟ ਹੋ ਗਏ, ਗ੍ਰੀਨ ਚਿੱਲੀ ਵੀ, ਸਾਰਾ ਕੁਝ। ਅਸੀਂ ਹੁਣ ਕੱਢਣੇ ਹਾਂ ਤੇਲਾ ਜੂ ਅਤੇ ਇਸ ਨੇ ਬਣਾਉਣੇ ਆ ਜੀ ਪੇਸਟ। ਜੀ ਇਹ ਤਾਂ ਕੋਈ ਜੀ ਪੇਸਟ ਸਾੜੀ ਹੋ ਗਈ ਹੈ ਰੈਡੀ। ਤਾਂ ਹੁਣ ਗੈਸ ਅਸਾਂ ਫਿਰ ਮੁੜੇ ਔਨ ਕਰੀਦਾ ਆ, ਤੇਲ ਥੋੜ੍ਹਾ ਪੇ ਅਸੀਂ ਪਹਿਲੇ ਵੀ, ਹੋਰ ਤੇਲ ਪਾਉਣ ਦੀ ਲੋੜ ਕੋਈ ਹੈ ਉਸ ਫਿਰ ਪਾਉਣੇ 'ਚ। ਨਾਲ ਥੋੜ੍ਹਾ ਜਿਹਾ ਅਸਾਂ ਐਡ ਕਰਨੇ ਇਸਨੇ ਬਟਰ, ਇਹ ਤਾਂ ਕੋਈ ਨਾਲ ਬਟਰ ਵੀ ਅਸਾਂ ਐਡ ਕਰੀਦਾ। ਅਸੀਂ ਮੈਲਟ ਹੋਣ ਦੇਣੇ ਆ, ਬਟਰ ਸਾਡਾ ਹੋ ਗਿਆ ਜੀ ਮੈਲਟ, ਇਸਨੇ ਅਸਾਂ ਪਾਉਣੀ ਜੀ ਪੇਸਟ। ਪੇਸਟ ਕਿ ਪਕਾਉਣੀ ਹੈ ਚੰਗੀ ਤਰ੍ਹਾਂ, ਹੁਣ ਨਾਲ ਥੋੜ੍ਹਾ ਪਾਣੀ ਪਾਈ ਦਿੰਦੇ ਤਾਂ ਕਿ ਜਿਹੜਾ ਨਾਲ ਲੱਗੇ ਆ ਥੋੜ੍ਹਾ ਬਹੁਤਾ ਪੇਸਟ, ਇਹ ਵੀ ਲਾ ਜਾਏ।
ਲੈ ਮੈਂ ਲੋਅ ਕਰੀ ਛੋੜੀ ਸੀ, ਥੋੜ੍ਹੀ ਜਿਹੀ ਮੀਡੀਅਮ ਜੀ ਕਰਨੇ ਆ। ਸੰਭਾਲਿਆ ਥੋੜ੍ਹਾ ਜਿਹਾ ਗਰਮ ਮਸਾਲਾ, ਗਰਮ ਮਸਾਲਾ ਸੱਟਣੀ ਇਸ ਨੇ। ਥੋੜ੍ਹਾ ਜਿਹਾ ਜੀ ਨਾਲ ਜ਼ੀਰਾ, ਜੀਰਾ ਜਾਂ ਜ਼ੀਰਾ ਜੋ ਵੀ ਹੈ ਚੱਲੇਗਾ। ਨਾਲ ਹੀ ਇਸਨੇ ਜੀ ਪਾਣੀ ਪਾਉਣਾ ਥੋੜ੍ਹਾ ਜਿਹਾ ਹੋਰ, ਅੱਧਾ ਕੁ ਗਲਾਸ। ਬਲੈਕ ਪੈਪਰ ਨਾਲ ਥੋੜ੍ਹੀ ਜਿਹੀ ਹੋਰ ਪਾਈ, ਕਿੰਨੀਆਂ ਨਮਕ ਅਸਾਂ ਪਾਉਣੇ ਕਿਉਂਕਿ ਨਮਕ ਅਸਾਂ ਚਿਕਨ 'ਚ ਕਾਫੀ ਪਾਈ ਛੋੜਿਆ ਸੀ। ਬਲੈਕ ਪੈਪਰ ਵੀ ਪਾਇਆ ਸੀ ਲੇਕਿਨ ਮਜ਼ੀਦ ਬਲੈਕ ਪੈਪਰ ਸੋਸਾ 'ਚ ਵੀ ਹੋਣਾ ਜ਼ਰੂਰੀ ਹੈ। ਹੁਣ ਅਸੀਂ ਚੰਗੀ ਤਰ੍ਹਾਂ ਪਕੜ ਦੇਣੇ ਆਪ ਨੂੰ, ਕਰਨੇ ਇਸ ਕਵਰ ਅਸੀਂ ਤਕਰੀਬਨ ਕੋਈ 5 ਤੋਂ 7 ਮਿੰਟ ਦੇਣੇ ਆ, ਸਹੀ ਤਰ੍ਹਾਂ ਹੀ ਪੱਕੀ ਹੈ ਜੀ। ਲਾਣੀ ਜੀ ਲਿਡ ਤੱਕਣੇ ਆ, ਕੋਈ ਬੋਇਲ ਹੋਣਾ ਸ਼ੁਰੂ ਹੋ ਗਿਆ। ਇਸ ਵੇਲੇ ਜਸ ਹੁਣ ਬਣਿਆ ਆਪਣਾ ਚਿਕਨ, ਚਿਕਨ ਜਿਹੜਾ ਮਾਰੀਨੇਟ ਕੀਤਾ ਸੀ ਉਹ ਸੱਟਣੀ ਆ। ਤਕਰੀਬਨ ਜੇ ਗਲਾਸ ਇੱਕ ਅਸਾਂ ਪਾਣੀ ਹੋਰ ਥੋੜ੍ਹਾ ਜਿਹਾ ਵਾਈ ਹੁੰਦੇ ਇਸ ਵਿੱਚ, ਤਾਂ ਕਿ ਬੋਲ 'ਚ ਜਿਹੜਾ ਮਸਾਲਾ ਹੈ ਸੀ ਉਹ ਵੀ ਸਾਰਾ ਇਸ ਵਿੱਚ ਲਾ ਜਾਏ। ਇਹ ਨੋਰਮਲੀ ਤੁਸੀਂ ਤੱਕਿਆ ਹੋ ਸੀ ਜੀ, ਜਿਹੜੀ ਕਾਲੀ ਮਿਰਚ ਚਿਕਨ ਹੋਣੀ ਆ ਅਸੀਂ ਫਰਾਈ ਵੀ ਕੀਤਾ ਜਾਣਾ। ਮੈਂ ਫਰਾਈ ਇਸ ਪਾਸੇ ਨਹੀਂ ਕੀਤਾ, ਬੋਟੀਆਂ ਨਿੱਕੀਆਂ ਸਰ, ਪਹਿਲੇ ਫਰਾਈ ਕਰਨੀ ਆ, ਬੜਾ ਫੁੱਲ ਚੂਸਾ ਹੋਇਆ ਉਸ, ਤੁਸੀਂ ਫਰਾਈ ਕਰੀ ਲਓ ਅਤੇ ਫਿਰ ਪੇਸਟ 'ਚ ਪਾਓ ਬਿਹਤਰ ਰਹਿਣਾ। ਲੇਕਿਨ ਬੋਟੀਆਂ ਨਿੱਕੀਆਂ ਸਰ, ਮੇਰਾ ਨਹੀਂ ਪਾਣੀ ਥੋੜ੍ਹਾ ਐਕਸਟਰਾ ਲਾਈ ਗਈ ਸਾਂ, ਪਰ ਪੇਸਟ 'ਚ ਪਕਾਉਣਾ ਫਰਾਈ ਨਹੀਂ ਕਰਨੀਆਂ, ਫਰਾਈ ਕਰਨੀਏ ਬੋਟੀਆਂ ਸਾਰੀਆਂ ਭੁਰੀ ਜਾਣਾ। ਤਾਂ ਹੁਣ ਅਸੀਂ ਕਰਨੀ ਜੀ ਤਕਰੀਬਨ 15 ਕੁ ਮਿੰਟ ਲੋਅ ਹੀਟ ਉੱਪਰ ਆਪਣੋ ਬੰਦ।
15 ਮਿੰਟ ਇਸੇ ਦੇਣੇ ਆ ਜੀ। ਹੁਣ ਲਿਡ ਲਾਉਣੇ ਆ, ਪ੍ਰੋਗਰੈਸ ਤੱਕ ਰਹੇ ਆ। ਜੀ ਤਕਰੀਬਨ ਚਿਕਨ ਸਾਲਾ ਗਿਆ ਗਲੀ, ਹੁਣ ਇਸ ਵਾਰ ਥੋੜ੍ਹਾ ਪਾਣੀ ਸਕਾਈ ਕਿੰਨੇ ਆ, ਪਾਣੀ ਜਿਹੜਾ ਹੈ ਨਾ ਥੋੜ੍ਹਾ ਡਰਾਈ ਕਰ ਦਿੰਦੇ। ਅਸੀਂ ਗੈਸ ਥੋੜ੍ਹਾ ਫੁੱਲ ਕਰੀ ਜੁੜਿਆ, ਇਹ ਤਾਂ ਕਹਿ ਸਕਦੇ ਹੋ ਜੀ ਪਾਣੀ ਸਾਲਾ ਹੋ ਗਿਆ ਬਿਲਕੁਲ ਡਰਾਈ, ਤਾਂ ਗੈਸ ਕਰੀ ਛੁੜਨੇ ਆ ਮੱਠਾ, ਗੈਸ ਥੋੜ੍ਹਾ ਬਿਲਕੁਲ ਲੋਅ ਕਰੀ ਛੁੜਨੇ ਆ। ਜੋ ਹੀ ਤੇਲ ਚੜਿਆ ਸਮਝ ਚਿਕਨ ਸਾਲੀ ਤਿਆਰ ਹੈ। ਜ਼ਬਰਦਸਤ ਬਣ ਗਈ ਹੈ, ਗੈਸ ਅਸਾਂ ਬਿਲਕੁਲ ਲੋਅ ਕਰੀ ਛੋੜਿਆ ਜੀ, ਥੋੜ੍ਹਾ ਜਿਹਾ ਤੇਲ ਚੱਲੇ ਜੀ ਦੇਰ ਹੈ ਹੁਣ ਜੀ। ਇਹ ਤਾਂ ਕੋਈ ਜੀ ਤੇਲ ਸਾਡਾ ਚੜ੍ਹੀ ਹੈ, ਚਿਕਨ ਸਾੜੀ ਬਿਲਕੁਲ ਰੈਡੀ ਹੋਈ ਜੀ। ਅਸੀਂ ਕਰਨੀ ਹੈ ਜੀ ਡਿਸ਼ ਆਊਟ, ਥੋੜ੍ਹਾ ਜਿਹਾ ਕਲੀਅਰ ਭਾਂਡੇ 'ਚ ਬਣੇ ਆ ਤਾਂ ਕਿ ਤੁਸਾਂ ਕੀ ਸਹੀ ਤਰ੍ਹਾਂ ਨਜ਼ਰ ਆਈ ਹੈ। ਦੇਖੋ ਜੀ ਸਾਡੀ ਕਾਲੀ ਮਿਰਚ ਚਿਕਨ ਟਿੱਕਾ ਰੈਡੀ, ਇਸੇ ਉੱਪਰ ਬਾਣੇ ਜੀ ਹੁਣ ਥੋੜ੍ਹੀਆਂ ਹਰੀਆਂ ਮਿਰਚਾਂ, ਨਾਲ ਬਾਣੇ ਜੀ ਇਸੇ ਉੱਪਰ ਥੋੜ੍ਹਾ ਜਿਹਾ ਨਿੱਕਾ ਨਿੱਕਾ ਗਾਰਲਿਕ ਕੱਟੀ, ਗਾਰਲਿਕ ਨਹੀਂ ਜਿੰਜਰ। ਤੁਸੀਂ ਤੇਲਾਂ ਦੀ ਆਵਾਜ਼ ਵੀ ਦੇਖਣੀ, ਉੱਥੇ ਤਿੜ 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 ਉਹਨੇ ਸਾਰੀ ਸਿਸਟਰ ਬਣਾਈ ਰਹੀ ਹੈ ਜੀ ਸਮੋਸੇ ਅਤੇ ਸਪਰਿੰਗ ਰੋਲ। ਅਤੇ ਇਹ ਤਾਂ ਕੋਈ ਤੁਸਾਂ ਇਹ ਕੈਸੀ ਬਣੀ ਹੈ ਸਾਡੀ ਕਾਲੀ ਮਿਰਚ ਚਿਕਨ ਟਿੱਕਾ ਜੀ, ਸਿਸਟਰ ਸਾਡੀ ਬਣਾਈ ਰਹੀ ਸੀ ਸਪਰਿੰਗ ਰੋਲ, ਮੈਂ ਇਹ ਵੀ ਚਲੋ ਤੁਸਾਂ ਨਾਲ ਸ਼ੇਅਰ ਕਰੀ ਛੁੜਨੇ ਆ। ਸਮੋਸੇ ਬਣਾਏ ਕਹਿੰਦੇ ਐਵੇਂ ਜੀ। ਉਮੀਦ ਕਰਦੇ ਕਿ ਅੱਜ ਦੀ ਵੀਡੀਓ ਤੁਸਾਂ ਕੀ ਪਸੰਦ ਆਈ ਹੋ, ਅਸੀਂ ਪਸੰਦ ਆਈ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੀ ਛੋੜੋ। ਤੁਸੀਂ ਮਿਲ ਸਕਦੇ ਅਗਲੀ ਵੀਡੀਓ ਜੀ ਅਗਲੇ ਵਲੋਗ ਚੀਤਰੀ ਦੇ ਤੱਕ, ਆਪਣਾ ਵੀ ਖਿਆਲ ਰੱਖੇ ਮਾੜੇ ਉਸ ਦੁਆ ਕਰੀ ਜੁੜੇ ਆ ਲਾ ਫੇਸ।